ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਗੱਲ ਕਰਨੀ ਆ ਅੱਜ ਆਪਾਂ ਉਹ ਸਰਕਾਰ ਦੀ ਜਿਹੜੀ ਵੱਡੇ ਵੱਡੇ ਦਾਅਵੇ ਲੋਕਤੰਤਰ ਦੇ ਵੱਡੀਆਂ ਵੱਡੀਆਂ ਗੱਲਾਂ ਸਰਦਾਰ ਭਵਨ ਸਿੰਘ ਮਾਨ ਪੰਜਾਬ ਦਾ ਮੁੱਖ ਮੰਤਰੀ ਕਰਿਆ ਕਰਦਾ ਸੀ ਕਿ ਪੱਤਰਕਾਰੋ ਸਵਾਲ ਕਰਿਆ ਕਰੋ ਸਰਕਾਰ ਨੂੰ ਜਵਾਬ ਮੰਗੋ ਇਹਨਾਂ ਤੋਂ ਪੰਜਾਬ ਦੇ ਲੋਕੋ ਸਵਾਲ ਕਰੋ ਲੀਡਰਾਂ ਨੂੰ ਪੁੱਛੋ ਇਹਨਾਂ ਨੂੰ ਕਿ ਇਹਨਾਂ ਨੇ ਕੀ ਕੀਤਾ ਹੁਣ ਤੱਕ ਇਹ ਪੰਜਾਬ ਦਾ ਉਹ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜਿਹੜਾ ਇਹ ਬਹੁਤ ਵੱਡੀਆਂ ਗੱਲਾਂ ਕਰਦਾ ਸੀ ਕਿ ਜੀ ਦੇਖੋ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਨਾ ਕੋਈ ਪੱਤਰਕਾਰ ਸਵਾਲ ਪੁੱਛ ਸਕਦਾ ਹੈ ਨਾ ਕੋਈ ਵਿਧਾਨ ਸਭਾ ਦੇ ਵਿੱਚ ਕੋਈ ਸਵਾਲ ਪੁੱਛ ਸਕਦਾ ਹੈ ਅੱਜ ਭਵਨਸਿਆ ਜਿਹੜੇ ਬੁੱਚੜਪਣ ਜਦ ਤੂੰ ਉਤਰਿਆ ਐਨਾ ਤਾਂ ਯਾਰ ਇੰਦਰਾ ਨਹੀਂ ਸੀ ਆਈ ਇਸ ਕੱਲਾ ਦੇ ਤਾਂ ਉਹਨੇ ਵੀ ਐਮਰਜੈਂਸੀ ਦੇ ਵਿੱਚ ਸੈਂਸਰਸ਼ਿਪ ਲਾਤੀ ਸੀ ਜਮਾਨ ਬੰਦ ਕਰਤੀ ਸੀ ਪੱਤਰਕਾਰਾਂ ਦੀ ਪਰ ਤੂੰ ਤਾਂ ਪੱਤਰਕਾਰਾਂ ਨੂੰ ਚੱਕ ਕੇ ਹੰਦ ਸਿੱਟਣ ਲੱਗ ਗਿਆ ਟੰਨ ਦੀ ਘਟਨਾ ਕੱਲ ਦੁਪਹਿਰੇ 1.5 ਵਜੇ ਮੁੰਡਾ ਸੁਖਨੈਲ ਸਿੰਘ ਸਿੱਧੂ ਤੁਸੀਂ ਆਮ ਤੌਰ ਤੇ ਸੁਣਦੇ ਹੋਵੋਗੇ ਪੱਤਰਕਾਰ ਆ ਉਨੂੰ ਕੱਲ ਪੁਲਿਸ ਚਾਕੇ ਲੈ ਗਈ ਪੁਲਿਸ ਚਾਕੇ ਲਈ ਪਰਚਾ ਦਿੱਤਾ ਉਹਦੇ ਉੱਤੇ ਇਹਨਾਂ ਨੇ 153A 153B ਤੇ ਹੋਰ ਵੀ ਕਈ سنگੀਨ ਧਾਰਾਵਾਂ ਲਾ ਕੇ ਜਿਹਦੇ ਵਿੱਚ ਘੱਟੋ ਘੱਟ 5 ਸਾਲ ਦੀ ਕੈਦ ਆ। ਤੁਹਾਨੂੰ ਤੁਸੀਂ ਦੇਖ ਲਓ ਇੱਕ ਪੱਤਰਕਾਰ ਆ ਉਹਨਾਂ ਨੂੰ ਦੱਬਿਆ ਜਾ ਰਿਹਾ ਹੈ ਉਹਨਾਂ ਨੂੰ ਮਾਰਿਆ ਜਾ ਰਿਹਾ। ਪਰ ਹੈਰਾਨੀ ਦੀ ਗੱਲ ਆ ਯਾਰ ਮਹਰਾਨ ਆ ਪੱਤਰਕਾਰ ਭਾਈਚਾਰੇ ਦੇ ਉੱਤੇ ਸਾਰੇ ਚੁੱਪ ਕਰੇ ਬੈਠੇ ਆ ਤੁਹਾਨੂੰ ਕੀ ਲੱਗਦਾ ਯਾਰ ਕਿ ਛੋਡੀ ਵਾਰੀ ਨਹੀਂ ਆਉਣੀ ਤੁਹਾਨੂੰ ਇਹ ਬਖਸ਼ਣਗੇ ਜਾਂ ਫਿਰ ਜਮਾ ਭਾਈਨਾਂ ਦਾ ਚੱਪਲਾ ਚੱਟਣ ਲੱਗ ਜਿਓ ਰੇਂਗਣ ਲੱਗ ਜਿਓ ਕੀੜੇ ਵਾਂਗੂ ਥੱਲੇ ਧਰਤੀ ਤੇ ਲੇਟ ਜਿਓ ਲੰਮੇ ਪੈ ਜਾਓ ਵੀ ਅਸੀਂ ਕੁਝ ਨਹੀਂ ਕਰਦੇ ਅਸੀਂ ਨਹੀਂ ਕੁਝ ਬੋਲਦੇ ਜੋ ਮਰਜ਼ੀ ਕਰੀ ਚੱਲੋ ਸਗਨਾਵ ਸਿੰਘ ਸਿੱਧੂ ਆਪਾਂ ਦੇਖਦੇ ਰਹਿੰਦੇ ਆ ਵੀ ਕੋਈ ਉਹਨੇ ਇਸ ਤਰ੍ਹਾਂ ਦੀ ਗੱਲਬਾਤ ਕਦੇ ਨਹੀਂ ਕੀਤੀ ਜੇ ਜਿਹਦੇ ਨਾਲ ਕੋਈ ਮਾਹੌਲ ਖਰਾਬ ਹੋਣ ਦੀ ਗੱਲ ਹੋਵੇ ਭਰਾਮਾ ਕੀ ਲਾਗਿਆ 1752 1755 ਬੀ ਵੀ ਇਹਨੇ ਭਾਵਨਾਵਾਂ ਨੂੰ 扑 ਘਾਤਾ ਜੀ ਇਹਨੇ ਆਹ ਜਿਹੜੀਆਂ ਇਹੋ ਜਿਹੀਆਂ ਖਬਰਾਂ ਚਲਾਤੀਆਂ ਜਿਨ੍ਹਾਂ ਮਾਹੌਲ ਖਰਾਬ ਹੋ ਸਕਦਾ ਸੀਗਾ ਕਿੰਨੇ ਪੱਤਰਕਾਰਾਂ ਨੂੰ ਮੱਖੂ ਵਰਗਿਆਂ ਨੂੰ ਹਰਪਾਲ ਸਿੰਘ ਵਰਗਿਆਂ ਨੂੰ 307 ਦੇ ਪਰਚਿਆਂ ਦੇ ਬੰਦ ਕੀਤਾ ਹੋਇਆ ਕਿੰਨੇ ਪੱਤਰਕਾਰਾਂ ਦੇ ਘਰੇ ਪੁਲਿਸ ਅੱਜ ਵੀ ਜਾਂਦੀ ਆ ਦਬਕਾਉਂਦੀ ਆ ਫੋਨ ਕਰਦੀ ਆ ਕਿੰਨੇ ਪੱਤਰਕਾਰ ਥਾਣਾ ਚ ਬਲਾ ਕੇ ਜਰੀਲ ਕੀਤੇ ਜਾ ਰਹੇ ਆ ਕਿੰਨੇ ਜਿਹੜੇ ਨੌਜਵਾਨ ਜਿਨ੍ਹਾਂ ਨੇ ਕੋਈ ਟਿੱਪਣੀ ਕਰਤੀ ਉਹਨਾਂ ਨੂੰ ਚਾਕੇ ਥਾਣਾ ਚ ਲਿਜਾ ਕੇ 751 ਚ ਬੰਦ ਫਿਰ ਉਹਨੂੰ ਜਰੀਲ ਕਰਕੇ ਉਹਨਾਂ ਦੀਆਂ ਫੋਟੋਆਂ ਉਹਨਾਂ ਦੀ ਵੀਡੀਓ ਪਵਾ ਪਵਾ ਉਹਨਾਂ ਦੀ ਜਰੀਲ ਕੀਤਾ ਜਾ ਰਿਹਾ ਕਿ ਸਾਥੋਂ ਗਲਤੀ ਹੋ ਗਈ ਇਹ ਕੋਸ ਯਾਰ ਕੀ ਹੋ ਰਿਹਾ ਪੰਜਾਬ ਚ ਯਾਰ ਹੈਰਾਨੀ ਦੀ ਗੱਲ ਆ ਯਾਰ ਆਪਾਂ ਬਾਦਲਾਂ ਨੂੰ ਆਪਾਂ ਕਾਂਗਰਸੀਆਂ ਨੂੰ ਮਾੜਾ ਕਹਿੰਦੇ ਸੀ ਕਿ ਬਾਦਲਾਂ ਨੇ ਪੀਟੀਸੀ ਆਪਣਾ ਚੈਨਲ ਖੋਲ ਲਿਆ ਬਾਦਲਾਂ ਨੇ ਫਰਸਟ ਵੇ ਤੇ ਕਬਜ਼ਾ ਕਰ ਲਿਆ ਅੱਜ ਤੁਸੀਂ ਕੀ ਕਰ ਰਹੇ ਹੋ ਯਾਰ ਦਸਤੋ ਸੰਗਾਇਆ ਸਿੱਧੂ ਦਾ ਜਿਹੜਾ ਮੁੰਡਾ ਹੈਗਾ ਉਹ ਪੱਤਰਕਰਤਾ ਕਸੂਰ ਕੀ ਹੈ ਐਨੇਗਾ ਸੰੀਲ ਧਰਾਵਾ ਲਾ ਕੇ ਇਹ ਪਤਾ ਕੀ ਬਣਾ ਰਹੇ ਆ ਉਹਦਾ ਬਹਾਨਾ ਕੀ ਬਣਾ ਰਹੇ ਆ ਕਹਿੰਦੇ ਜੀ ਉਹਨੇ ਕੋਈ ਇੱਕ ਵੀਡੀਓ ਚਲਾਈ ਹੈ ਜਿਹੜੀ ਵੀਡੀਓ ਕੋਈ ਬਾਹਰਲੇ ਕਿਸੇ ਗੁਰਦੁਆਰੇ ਦੇ ਵਿੱਚ ਕੋਈ ਬੰਦਾ ਬੋਲ ਰਿਹਾ ਹੈ ਭਵੰਤ ਸਿੰਘ ਮਾਨ ਦੇ ਪਰਿਵਾਰ ਬਾਰੇ ਉਹ ਕਹਿੰਦੇ ਨੇ ਵੀਡੀਓ ਚਲਾਤੀ ਹੈ ਉਹ ਉਹਦਾ ਬਹੁਤ ਲੋਕਾਂ ਨੇ ਚਲਾਈ ਆ ਉਹ ਚੈਨਲਾਂ ਨੇ ਚਲਾਈ ਆ ਤੇ ਇਹ ਹੀ ਸੁਗਨਾਇਲ ਸਿੰਘ ਹੀ ਕਿਉਂ ਨਿਸ਼ਾਨੇ ਤੇ ਲਿਆ ਗਿਆ ਇਹਦੀ ਕਹਾਣੀ ਸਮਝੋ ਇਹ ਇੱਕ ਉਹ ਗੱਲ ਆ ਵੀ ਇੱਕ ਕਾਂ ਨੂੰ ਮਾਰ ਕੇ ਟੰਗ ਦਿਓ ਉਹ ਗੱਲ ਸੋਡੇ ਨਾਲ ਪੱਤਰਕਾਰ ਉਹ ਹੋ ਰਹੀ ਆ ਮੈਂ ਹੈਰਾਨ ਆ ਚੁੱਪ ਕਰੇ ਬੈਠਿਆ ਹਾਲਾਂਕਿ ਕਈ ਸਿਆਸੀ ਬੰਦੇ ਜਾਂ ਕਿ ਹੋਰ ਸਮਾਜਿਕ ਜਿਹੜੇ ਵਿਚਰਦੇ ਨੇ ਬੰਦੇ ਕੋਈ ਵਿਦਵਾਨ ਕੋਈ ਬੁੱਧੀਜੀਵੀ ਉਹ ਤਾਂ ਹਾਲੇ ਬੋਲੇ ਨੇ ਪਰ ਇੱਥੇ ਆ ਕੋਈ ਸਭ ਨੂੰ ਸੱਪ ਲੜ ਗਿਆ ਸਾਬ ਦੇ ਸਾਬ ਦੇ ਮੂੰਹ ਚ ਬੰਦ ਹੋ ਗਏ ਬੋਲੋ ਸਤਿ ਅਗੇ ਸਭ ਦੇ ਕੋਈ ਨਹੀਂ ਬੋਲ ਰਿਹਾ ਐਡੀਰ ਮੈਂ ਹੈਰਾਨ ਆ ਇਹ ਪੱਤਰਕਾਰ ਭਾਈਚਾਰੇ ਦੇ ਉੱਤੇ ਜੇ ਸਮੁੱਚਾ ਮੈਂ ਕਹਿੰਦਾ ਪੱਤਰਕਾਰ ਭਾਈਚਾਰਾ ਇਹਨਾਂ ਦਾ ਬਾਈਕਾਟ ਕਰਦੇ ਸਰਕਾਰ ਦਾ ਚੀਕਾਂ ਪਾਉਣੀਆਂ ਸਰਕਾਰ ਦੀਆਂ ਜੇ ਮੈਂ ਇੰਨਾ ਬਦਲ ਜੇਗਾ ਭਵੰਤਸਿਆਂ ਬਦਲਦੇ ਤਾਂ ਹੁੰਦੇ ਆ ਬੰਦੇ ਸੱਤਾ ਦਾ ਨਸ਼ਾਈ ਇਹੋ ਜਿਹਾ ਹੁੰਦਾ ਸੱਤਾ ਦਾ ਨਸ਼ਾਈ ਇਹੋ ਜਿਹਾ ਹੁੰਦਾ ਬਦਲਦੇ ਹੁੰਦੇ ਆ ਬੰਦੇ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਇੰਨਾ ਬਦਲ ਜੇਗਾ ਐ ਲੋਕਾਂ ਨੂੰ ਤੂੰ ਐ ਲੋਟ ਲੋਕਾਂ ਨੂੰ ਤੂੰ ਚੱਕ ਚੱਕ ਕੇ ਜਲੀਲ ਕਰੇਗਾ ਤੇ ਪੱਤਰਕਾਰਾਂ ਨੂੰ ਖਾਸ ਕਰਕੇ ਦਬਾਏਗਾ ਸੋ ਇਹ ਐਮਰਜੈਂਸੀ ਨੂੰ ਭੜਾ ਦੌਰ ਆ ਪੰਜਾਬ ਦੇ ਅੰਦਰ ਤਾਂ ਤੁਹਾਨੂੰ ਭਰਾਵੋ ਲੋਕਾਂ ਨੂੰ ਅਪੀਲ ਕਰਦਾ ਪੰਜਾਬ ਦੇਆਂ ਨੂੰ ਕਿ ਉੱਠ ਕੇ ਮਾੜਾ ਮੋਟਾ ਬੋਲੋ ਇਹਦਾ ਵਿਰੋਧ ਕਰੋ ਦੀ ਮੁਖਾਲਫਤ ਕਰੋ ਡਰ ਕੇ ਘਰਾਂ ਦੇ ਨਾਲ ਬੈਠੋ ਘਰਾਂ ਡਰ ਕੇ ਬੈਠੋਗੇ ਤੁਸੀਂ ਨੁਕਸਾਨ ਖਾਓਗੇ ਇਸ ਗੱਲ ਦਾ ਯਾਦ ਮੇਰੀ ਗੱਲ ਰੱਖਿਓ ਇਹ ਬਹੁਤ ਵੱਡਾ ਹਿਰਕ ਬੰਦੇ ਨੂੰ ਇਹਨਾਂ ਨੇ ਆ ਕੇ ਨਿਸ਼ਾਨੇ ਤੇ ਲੈਣਾ ਜਿਹੜਾ ਬੰਦਾ ਇਹਨਾਂ ਦੀਆਂ ਮਾੜੀਆਂ ਨੀਤੀਆਂ ਦੇ ਨਹੀਂ ਕਰਤੂਤਾਂ ਦੇ ਖਿਲਾਫ ਜਗ ਜਹਾਂ ਕਰੂਗਾ ਇਹਨਾਂ ਨੇ ਸਾਰਾ ਇਹ ਇੱਕ ਪੱਤਰਕਾਰ ਨੂੰ ਟਾਰਗੇਟ ਕਰਨ ਦਾ ਤਰੀਕਾ ਇਹ ਹੈ ਨਿਸ਼ਾਨਾ ਬਣਾਉਣ ਦਾ ਕਿ ਜਿਹੜੇ ਹੋਰ ਮਾੜੇ ਮੋਟੇ ਕੋਈ ਬੋਲਦੇ ਆ ਕੋਈ ਚੈਨਲ ਵਾਲਾ ਕੋਈ ਪੇਜ ਵਾਲਾ ਉਹ ਸਭ ਡਰ ਕੇ ਚੁੱਪ ਹੋ ਜਾਣ ਇਹ ਫਿਰ ਆਪਣੀਆਂ ਮਨਮਰਜ਼ੀਆਂ ਕਰਨਗੇ ਤੁਸੀਂ ਕਹਿੰਦੇ ਮੋਦੀ ਐਂ ਕਰਦਾ ਮੋਦੀ ਨੇ ਗੋਦੀ ਮੀਡੀਆ ਬਣਾ ਲਿਆ ਤੁਸੀਂ ਪੰਜਾਬ ਦਾ ਕਿਹੜਾ ਮੀਡੀਆ ਬਣਾ ਲਿਆ ਜਾਂ ਦੱਸੋ ਕੋਈ ਪੁਲਿਸ ਪ੍ਰਸ਼ਾਸਨ ਤੁਹਾਡਾ ਦੱਸੇ ਕੋਈ ਡੀਜੀ ਦੱਸੇ ਕੋਈ ਮੁੱਖ ਮੰਤਰੀ ਦੱਸੇ ਕਿ ਸਨੈਪ ਸਿੱਧੂ ਨੇ ਪਈ ਆਗ ਆ ਕੰਮ ਕੀਤਾ ਐਨੀਆਂ سنگੀਨ ਧਰਾਵਾਂ ਦੇਸ ਤੋੜੋ ਦੀਆਂ ਲਾ ਕੇ ਯਾਰ ਜੇ ਬੰਦਾ ਦੇਸ਼ ਤੋੜਦੋਂ ਨਹੀਂ ਚੱਲਿਆ ਹੁੰਦਾ ਇੱਕ ਪੱਤਰਕਾਰ ਤੇ ਉਹ ਵੀ ਉਹ ਇਹਦਾ ਚੀਨ 'ਚ ਵੀ ਨਹੀਂ ਹੋ ਰਿਹਾ ਜੀਆਂ ਕਟਨਾਵਾਂ ਤਾਂ ਚੀਨ ਵਰਗੇ ਮੁਲਕਾਂ 'ਚ ਵੀ ਨਹੀਂ ਆਇਆ ਪੱਤਰਕਾਰ ਨੂੰ ਮਾਰਿਆ ਜਾਂਦਾ ਜਿਵੇਂ ਪੰਜਾਬ 'ਚ ਹੋਈ ਜਾਂਦਾ ਸੋ ਇਸ ਕਰਕੇ ਤੁਹਾਨੂੰ ਅਪੀਲ ਕਰਦੇ ਆਂ ਅੱਜ ਪਿੰਡ ਪੂਲਾ ਜ਼ਿਲ੍ਹੇ ਬਹਾਣਡੇ ਦਾ ਪਿੰਡ ਹੈ ਨੇੜੇ ਨਸਾਣਾ ਪੁੱਚਰੇ ਨੇੜੇ ਪੈ ਜਾਂਦਾ ਅਪੀਲ ਹੈ ਭਾਈ ਅਸੀਂ ਉੱਥੇ ਪਹੁੰਚ ਰਹੇ ਹਾਂ ਸਾਰਾ ਪਿੰਡ ਇਕੱਠਾ ਹੋ ਰਿਹਾ ਓਦੋਂ ਬਾਅਦ ਆਪਾਂ ਉੱਥੇ ਇਕੱਠੇ ਹੋ ਕੇ ਅਗਲੀ ਰਣਨੀਤੀ ਲੀਕਦੇ ਹਾਂ ਕਿ ਇਸ ਤਾਨਾਸ਼ਾਹੀ ਦੇ ਖਿਲਾਫ ਇਸ ਤੱਕੇਸ਼ਾਹੀ ਦੇ ਖਿਲਾਫ ਇਸ ਗੁੰਡਾਗਰਦੀ ਦੇ ਖਿਲਾਫ ਅੱਗੇ ਆਪਾਂ ਕੀ ਕਰਨਾ ਤਾਂ ਮੈਂ ਕਾਲ ਤਾਂ ਸਾਧ ਜਹਦਾਰ ਨੂੰ ਵੀ ਕਹਿਣਾ ਚਾਹੁੰਨਾ ਕਿ ਤੁਸੀਂ ਕਿਹਾ ਸੀ ਕਿ ਫਲਾਣੇ ਜਿਹੜੇ ਪੁਰਾਣੇ ਕੁਫੜੇ ਨੇ ਉਹਨਾਂ ਨੂੰ ਛੱਡ ਦਿਓ ਤੁਹਾਡੇ ਵੀ ਬਿਆਨ ਬੂਨ ਤੇ ਅਸਰ ਨਹੀਂ ਹੋਇਆ ਕੱਲਾ ਬਿਆਨ ਹੀ ਰਹੇਗਾ ਜਿਹਦਰ ਸਾਹਿਬ ਇਹਦੇ ਲਈ ਕੋਈ ਠੋਸ ਰਣਨੀਤੀ ਪਨਾਉਣੀ ਪੈਣੀ ਆ ਜਿੰਨੇ ਪੰਜਾਬ ਦੇ ਬੱਚਾ ਬੁੱਧੀਜੀਵੀ ਵਿਚਰਦੇ ਆ ਜਿੰਨੇ ਕੋਈ ਪੰਥਕ ਤੇ ਰਾਣੇ ਕੋਈ ਵੱਖ-ਵੱਖ ਹੋਰ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮਲਾਜ਼ਮਾਂ ਦੀਆਂ ਜਿੰਨੀਆਂ ਵੀ ਜੱਥੇਬੰਦੀਆਂ ਨੇ ਇਹ ਬਹੁਤ ਮਾੜਾ ਦੌਰ ਆ ਗਿਆ ਪੰਜਾਬ ਦੇ ਅੰਦਰ ਬਹੁਤ ਜ਼ਿਆਦੇ ਹਾਲਾਤ ਮਾੜੇ ਕੀਤੇ ਜਾ ਰਹੇ ਨੇ ਇਹ ਵੀ ਮੇਰੇ ਸੁਣਨ ਚ ਆਇਆ ਇੱਥੇ ਕਿ ਇੱਥੇ ਕੋਈ ਜਿਹੜੇ ਨਾਰੇ ਲਿਖੇ ਹੋਏ ਸੀਗੇ ਕੰਧਾਂ ਦੇ ਉੱਤੇ ਕੁਈ ਪੁਲਾਂ ਦੇ ਉੱਤੇ ਖਾਲਸਤਾਨ ਜਿੰਦਾਬਾਦ ਲਿਖਿਆ ਹੋਇਆ ਸੀਗਾ ਉਹਨਾਂ ਪੁਰਾਣੇ ਮੁਕੱਦਮਿਆਂ ਦੇ ਵਿੱਚ ਜਿਹੜੀਆਂ ਪਹਿਲਾਂ ਹੀ ਪੁਲਿਸ ਨੇ ਦਰਜ ਕੀਤੇ ਹੋਏ ਸੀ ਉਹਨਾਂ ਦੇ ਵਿੱਚ ਵੀ ਨੌਜਵਾਨ ਮੁੰਡਿਆਂ ਨੂੰ ਫੜ ਕੇ ਉਹਨਾਂ ਮੁਕੱਦਮਿਆਂ ਦੇ ਵਿੱਚ ਫਿੱਟ ਕਰਕੇ ਜੇਲ੍ਹ 'ਚ ਭੇਜ ਰਹੇ ਨੇ ਜਿਹੜਾ ਮੁੰਡਾ ਕੋਈ ਮਾੜੀ-ਮੋਟੀ ਟਿੱਪਣੀ ਕਰਦਾ ਕੋਈ ਪੋਸਟ ਸਾਂਝੀ ਕਰ ਦਿੰਦਾ ਕੋਈ ਲਿਖ ਦਿੰਦਾ ਆਪਣੇ ਵਿਚਾਰ ਲਿਖ ਦਿੰਦਾ ਉਸ ਉਹਨਾਂ ਨੂੰ ਚੱਕ-ਚੱਕ ਕੇ ਉਹਨਾਂ ਪਰਚਿਆਂ 'ਚ ਫਿੱਟ ਕਰ ਰਹੇ ਆ ਇਹ ਡਰ ਦਾ ਮਾਹੌਲ ਦਹਿਸਤ ਦਾ ਮਾਹੌਲ ਲੋਕਾਂ ਨੂੰ ਦੱਬਿਆ ਜਾ ਰਿਹਾ ਦਬਾਇਆ ਜਾ ਰਿਹਾ ਸੋ ਇਸ ਲਈ ਮੈਂ ਅਪੀਲ ਕਰਦਾ ਹਾਂ ਬਾਈ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਗੱਲ ਦੀ ਮੁਖਾਲਫਤ ਕਰੋ ਵਿਰੋਧ ਕਰੋ ਡਟ ਕੇ ਵਿਰੋਧ ਕਰੋ ਪੂਲੇ ਪਿੰਡ ਜਿੰਨੇ ਮੇਰੀ ਗੱਲ ਸੁਣਦੇ ਨੇ ਜ਼ਿਲ੍ਹੇ ਬਠਿੰਡੇ ਦੇ ਜਾਂ ਸੇ ਪਾਸੇ ਪਿੰਡਾਂ ਦੇ ਪੂਲੇ ਪਿੰਡ ਇਕੱਠੇ ਹੋ ਰਹੇ ਆ ਆਧੇ ਪੌਣੇ ਘੰਟੇ ਚ ਵੱਧ ਤੋਂ ਵੱਧ ਉੱਥੇ ਵੱਡੀ ਗਿਣਤੀ ਚ ਪਹੁੰਚੋ ਇਹਦੇ ਖਿਲਾਫ ਆਪਾਂ ਨੂੰ ਆਵਾਜ਼ ਚੱਕਣੀ ਪੈਣੀ ਆ ਬੋਲਣਾ ਪੈਣਾ ਨਿਕਲਣਾ ਪਣਾ ਘਰਾਂ ਤੋਂ ਬਾਹਰ ਇਹ ਡਰ ਕੇ ਇਹ ਗੱਲ ਨਹੀਂ ਬਣਨੀ ਘਰਾਂ 'ਚ ਬੈਠ ਕੇ ਨਹੀਂ ਗੱਲ ਬਣਨੀ ਸੋ ਆਜੋ ਮੇਰਾ ਵੀਰ ਜੇ ਆਪਾਂ ਚਾਹੁੰਦੇ ਆ ਕਿ ਪੰਜਾਬ ਸਾਡਾ ਜਿਉਂਦਾ ਰਵੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਉਹ ਧੱਕਾ ਕਰਨਾ ਹੈ ਉਹ ਕਾਲੇ ਕਾਨੂੰਨ ਲਾ ਲਾ ਕੇ ਯੂਪੀਏ ਲਾ ਕੇ ਐਨਐਸਏ ਲਾ ਕੇ ਪਤਾ ਨਹੀਂ ਸਾਡੇ ਮੁੰਡਿਆਂ ਨੂੰ ਕਿਹੜੀਆਂ ਜਿਨ੍ਹਾਂ ਸਿਰ ਦੇਣਾ ਤੇ ਕੀ ਸਾਡਾ ਇਹਨਾਂ ਨੇ ਅੱਗੇ ਘਾਣ ਕਰਨਾ ਸਾਡੀਆਂ ਜਵਾਨੀਆਂ ਦਾ ਜਵਾਨੀ ਦਾ ਪਹਿਲਾਂ ਹੀ ਮਰ ਰਹੀ ਹੈ ਕੁਝ ਚਟਿਆ ਨੇ ਮਰ ਗਈ ਕੁਝ ਬਾਹਰ ਨੂੰ ਭੱਜ ਗਈ ਮੈਂ ਪੁੱਛਣਾ ਚਾਹਣਾ ਭਾਂਸਿਆਂ ਤੂੰ ਡਰਾਮੇ ਕਰੀ ਜਾਂਦਾ ਕਿ ਮੇਰੇ ਕੋਲੇ ਲਿਸਟਾਂ ਆ ਗਈਆਂ ਮੇਰੇ ਕੋਲੇ ਫਾਈਲਾਂ ਆ ਗਈਆਂ ਮੈਂ ਆਇਆ ਕਰ ਦੂੰ ਮੈਂ ਉਹ ਕਰ ਦੂੰ ਸ਼ਰਿਆਂ ਪਿੰਡਾਂ ਚ ਵਗਦਾ ਕਰ ਕੀ ਕਰਦਾ ਹਰ ਪਿੰਡ 'ਚ ਜਿਹੜੇ ਮਰਜ਼ੀ ਪਿੰਡ 'ਚ ਵੜਦੇ ਚੱਟਾ ਮਿਲ ਜਾਂਦਾ ਲੈ ਲਿਓ ਉੱਥੇ ਹੀ ਕਰ ਰਹੇ ਹੋ ਤੁਸੀਂ ਸੋ ਇਸ ਕਰਕੇ ਬਾਈ ਆ ਜਿੰਨਾ ਪੈਰਾ ਮਿਲਟਰੀਆ ਫੋਰਸਾਂ ਆਈਆਂ ਨੇ ਆ ਥਾਂ ਥਾਂ ਦੇ ਨਾਕੇ ਲਾਈ ਖੜਿਆ ਕਦੇ ਫਲੈਗ ਮਾਰਚ ਕਦੇ ਕੋਈ ਬਹਾਨਾ ਕਦੇ ਕੋਈ ਬਹਾਨਾ ਆ ਅਰਥ ਨੂੰ ਡਰਾ ਕੇ ਇਹਨਾਂ ਨੇ ਘਰੇ ਬਾੜ ਕੇ ਪਰ ਸਾਰੇ ਹੱਕ ਜਿਹੜੇ ਇਸੇ ਭਵਨ ਸਿੰਘ ਮਾਨ ਨੇ ਦਿੱਲੀ ਦੇ ਅੱਗੇ ਵੇਚਨੇ ਆ ਪਾਣੀਆਂ ਦੇ ਹੱਕ ਹੋਣ ਸਾਡੇ ਕੋਈ ਹੋਰ ਹੱਕ ਹੋਣ ਆ ਹੁਣ ਅਸੀਂ ਉੱਥੇ ਮੋਰਚਾ ਲਾਈ ਬੈਠੇ ਆ ਮੁੱਦ ਕੀ ਮੋਰਚਾ ਲੱਗਿਆ ਹੋਇਆ ਪਾਣੀਆਂ ਦਾ ਇਹੀ ਸਰਕਾਰ 750 ਕਰੋੜ ਰੁਪਇਆ ਰੱਖੀ ਬੈਠੀ ਐ ਪਾਣੀਆਂ ਦਾ ਨਹਿਰਾਂ ਪੱਕੀਆਂ ਕਰਨ ਦਾ ਪੰਜਾਬ ਨੂੰ ਮਾਰਨ ਦੀ ਤਿਆਰੀ ਪੰਜਾਬ ਦਾ ਪਾਣੀ ਥੱਲੇ ਖੂਬੂਦ ਨਹੀਂ ਸੇਵਲ ਦੇਣਾ ਤੇ ਖੋ ਕੇ ਦੂਜੇ ਸੂਬਿਆਂ ਨੂੰ ਦੇਣਾ ਇਹ ਉਹਦੇ ਬੱਚੇ ਹੱਠੋਕਾ ਪੰਸ ਮਾਨ ਬਣ ਚੁੱਕਿਆ ਜੋਗਦਾਰੀਆਂ ਪਹਿਲਿਆਂ ਨੇ ਕੀਤੀਆਂ ਸਾਡੇ ਹੱਕ ਸਾਡੇ ਹਿੱਤ ਪੰਜਾਬ ਦੇ ਸਾਰੇ ਸੈਂਟਰ ਦੇ ਅੱਗੇ ਸਪੁਰਦ ਕਰ ਤੇ ਵੇਚ ਤੇ ਚੱਕੋ ਸਾਡੀ ਕੁਰਸੀ ਨੂੰ ਨਾ ਛੇਡੋ ਜੋ ਮਰਜ਼ੀ ਕਰੀ ਚੱਲੋ ਉਹੀ ਕੰਮ ਤੇ ਪੰਸ ਮਾਨ ਆ ਗਿਆ ਮੈਂ ਅਪੀਲ ਕਰਦਾ ਪੰਜਾਬ ਦੇ ਲੋਕੋ ਬਹੁਤ ਬੰਦੇ ਫੜੇ ਗਏ ਬਹੁਤ ਬੰਦੇ ਫੜ ਕੇ ਅੰਦਰ ਦੇਤੇ ਬਹੁਤਿਆਂ ਨੂੰ ਇਹਨਾਂ ਨੇ ਡਰਾ ਲਿਆ ਹੋਸਾ ਦਾ ਕੱਲ ਨੂੰ ਸਾਡੇ ਵਰਗਿਆਂ ਦੀ ਵੀ ਵਾਰੀ ਆ ਜੇ ਇੱਥੇ ਬੋਲਣ ਵਾਲਾ ਕੋਈ ਰਹਿਣਾ ਨਹੀਂ ਮੇਰੀ ਗੱਲ ਪੱਤਰਕਾਰوں ਖਾਸ ਕਰਕੇ ਤੁਹਾਨੂੰ ਕਹਿਣਾ ਜੇ ਜਮੀਰ ਜਿਉਂਦੀ ਹੈ ਮੈਂ ਹਰਾਨ ਆ ਉਹ ਬੰਦਿਆਂ ਤੇ ਉਹ ਪੱਤਰਕਾਰਾਂ ਤੇ ਕਿ ਜੇ ਤੁਹਾਡੀ ਜਮੀਰ ਜਿਉਂਦੀ ਹੈ ਤੁਹਾਨੂੰ ਰਾਤ ਨੂੰ ਨੀਂਦ ਕਿਵੇਂ ਆਉਂਦੀ ਹੈ ਗੱਲਾਂ ਸੁਣ ਕੇ ਆ ਵੀ ਐਡਾ ਧੱਕਾ ਯਾਰ ਐਡਲ ਹੱਡਲਰ ਨਹੀਂ ਸੀ ਕਰਦਾ ਜਿਵੇਂ ਇਹ ਕਰਨ ਲੱਗ ਗਏ ਇੱਕ ਪੱਤਰਕਾਰ ਨੂੰ ਚੱਕ ਕੇ ਅੰਦਰ ਯਾਰ ਜਾਂ ਕਸੂਰ ਦੱਸੋ ਲੈ ਦੇਸ ਤਰੋ ਦੀਆਂ ਧਰਾਵਾਂ ਕਸੂਰ ਦਾ 1753 اے ਵੀ ਇਹ ਧਰਾਵਾਂ ਤੁਸੀਂ ਲਾਈਆਂ ਨੇ ਕਸੂਰ ਦੱਸੋ ਕੀ ਆ ਦਾ ਕੱਢ ਕੇ ਰੱਖੋ ਅਸੀਂ ਸੋਧਣਾ ਸਹਿਮਤ ਹੋਾਂਗੇ ਵੀ ਆਹ ਬੰਦੇ ਦਾ ਕਸੂਰ ਆ ਇਹਦਾ ਮਤਲਬ ਸਾਰੀ ਆਵਾਜ਼ ਦੱਬ ਦੇਓਗੇ ਬੋਲਣ ਨਹੀਂ ਦਿਓਗੇ ਲੋਕਾਂ ਨੂੰ ਤੇ ਦਬਾ ਕੇ ਲੋਕ ਦਬਦੇ ਨਹੀਂ ਹੁੰਦੇ ਇਹ ਕਿਹੜੇ ਭਲੇਖੇ ਜੇ ਫਿਰਦੇ ਹੋ ਮੜਾ ਤੇ ਆਹ ਚਾੱਕ ਕੇ ਪੜ ਲਓ ਇੱਥੇ ਬੜੀਆਂ ਸਲਤਨਤਾਂ ਤਾਂ ਬੜੀਆਂ ਹਕੂਮਤਾਂ ਆਈਆਂ ਜਿਹੜੀਆਂ ਲੋਕਾਂ ਨੂੰ ਡੰਡੇ ਦੇ ਜ਼ੋਰ ਤੇ ਬਲ ਦੇ ਜ਼ੋਰ ਤੇ ਦਬਾਉਂਦੀਆਂ ਸੀ ਜੇਲਾਂ 'ਚ ਵੀ ਲੋਕਾਂ ਨੂੰ ਸੱਟਿਆ ਮਾਰਿਆ ਵੀ ਦੱਬਿਆ ਵੀ ਪਰ ਦਬੇ ਨਹੀਂ ਲੋਕ ਜਿਹੜੇ ਰਾਹ ਤੇ ਪੈ ਗਿਆ ਤੂੰ ਤੇ ਕਿਹੜੇ ਰਾਹ ਤੇ ਪੰਜਾਬ ਨੂੰ ਪਾਉਣਾ ਚਾਹਣਾ ਕੀ ਕਰਨਾ ਚਾਹਣਾ ਪੰਜਾਬ ਦਾ ਤੂੰ ਸੋ ਆਜੋ ਬਾਈ ਅਪੀਲ ਆ ਪੂਲੇ ਪਿੰਡ ਕੱਲੇ ਪੂਲੇ ਦੀ ਮੈਂ ਕੱਲੇ ਪੱਤਰਕਾਰ ਸੰਗਤ ਸਿੱਧੂ ਦੀ ਨਹੀਂ ਗੱਲ ਕਰਦਾ ਮੈਂ ਹਰ ਉਹ ਜਿਹੜਾ ਬੰਦਾ ਜਿਹਦੇ ਖਿਲਾਫ ਅੱਜ ਇਹੋ ਜੀ ਤਾਨਾਸ਼ਾਹੀ ਪਣਾ ਰਹੇ ਆ ਹਾਲ ਉਸ ਬੰਦੇ ਦੀ ਆਵਾਜ਼ ਬਣੋ ਹਰ ਉਸ ਪਿੰਡਾਂ 'ਚ ਇਕੱਠੇ ਹੋਵੋ ਜੇ ਤੱਕਾਸ਼ਾਹੀ ਕਰਦੀ ਐ ਇੱਕ ਪਤਾ ਲੱਗਿਆ ਮੈਨੂੰ ਹੋਰ ਸੁਣ ਲੋ ਇਨਾਲਾ ਤੱਕੇ ਚਾਈ ਕੰਗਿਆਣਾ ਪਿੰਡਾ ਜ਼ਿਲ੍ਹੇ ਫਰੋਜਪੁਰ ਦਾ ਉੱਥੇ ਰਾਤ ਨੂੰ ਆਕੇ ਪੁਲਿਸ ਨੇ ਕੱਲ ਮੈਨੂੰ ਬੰਦੇ ਨੇ ਉਥੇ ਦੱਸਿਆ ਆਪਣੇ ਕੱਲ ਖੁਰਦ ਵਾਲੇ ਮੋਰਚੇ ਤੇ ਕਹਿੰਦੇ ਭਾਈ ਰਾਤ ਨੂੰ ਪੁਲਿਸ ਨੇ ਆਇਆ ਕਹਦਾ ਵੀ ਘਰਾਂ ਦੇ ਬਾਰ ਖੋਲ ਕੇ ਰੱਖੋ ਤਲਾਸ਼ੀਆਂ ਲੈਣੀਆਂ ਕਮਾਲ ਹੈ ਕੀ ਪਿਆ ਵੀ ਘਰਾਂ ਚ ਏਕੇ 47 ਪੰਘਾੜੀ ਐਕਸ ਪਿਆ ਕੀ ਪਿਆ ਘਰਾਂ ਚ ਇਹਨੇ ਲੋਕਾਂ ਚ ਡਰ ਇੰਨਾ ਬਣਾ ਦਿਓ دہشت ਬਣਾ ਦਿਓ ਪੰਜਾਬ ਦੇ ਅੰਦਰ ਕਿ ਕੋਈ ਬੰਦਾ ਕਿਸੇ ਵੀ ਗੱਲ ਤੇ ਕੋਈ ਬੋਲੀ ਤੇ ਪਾਣੀ ਤੇ ਕਿਸਾਨੀ ਤੇ ਮਜ਼ਦੂਰੀ ਤੇ ਅੱਜ ਐਨਾ ਦਰਦਾ ਦੇ ਲੋਕਾਂ ਨੂੰ ਮਾਫ ਜੇ ਕਹਿੰਦਾ ਸੀ ਮੈਂ 15-15000 ਪਹਿਲਾਂ ਪਾ ਦੂੰਗਾ ਕੋਈ ਲੋਡ ਨਹੀਂ ਕਰਦਾ ਹੋਰੀਆਂ ਦੀ ਜੇ ਤੇਰੇ ਕੋਲੇ 20-20 ਪੰਡਾ ਚੱਕ ਪੜਵਾਰੀ ਹੈ ਕਿਹੜੀਆਂ ਤੂੰ ਕਰਦਾਉਣੀਆਂ ਕਰਾ ਲੇਗਾ 100-100 ਫੀਸ ਦੀ ਲੋਕਾਂ ਨੂੰ ਨੁਕਸਾਨ ਹੈ ਸਾਰੀਆਂ ਕਣਕਾਂ ਮਰ ਗੀਆਂ ਲੋਕਾਂ ਦੇ ਪੱਲੇ ਤੂੜੀ ਵੀ ਨਹੀਂ ਪਈ ਕਈ ਗਰੀਬਾਂ ਦੇ ਵਿਚਾਰਾਂ ਦੇ ਘਰ ਵੀ ਡਿੱਗ ਪਏ ਜਿਨ੍ਹਾਂ ਨੇ ਮਸਾਂ ਨਹੀਂ ਪਤਾ ਨਹੀਂ ਕਾਇ ਕਾਇ ਪੀੜੀਆਂ ਦੇ ਵਿੱਚ ਪਾਏ ਸੀ ਕੌਣ ਗਿਆ ਤੇਰਾ ਕਿਹੜਾ ਮਲਾਦਮ ਜਾ ਰਿਹਾ ਕਰਦਾਉਣੀਆਂ ਕਰਨ ਤੇ ਪਹਿਲਾਂ ਉਹ ਨਰਮਿਆਂ ਨੂੰ ਸਾਡੇ ਵਾਲਿਆਂ ਨੂੰ ਆ ਬਰਹਿੰਦਲਾਂ ਦੇ ਮਾਨਸ ਵਾਲਿਆਂ ਨੂੰ ਕਿੰਨੇ ਕ ਦੇਤੇ ਅਜਿਹੀ ਗਲਾਬੀ ਸੁੰਢੀ ਪਈ ਸੀ ਨਰਮਾ ਮਰਿਆ ਸੀ ਉਹ ਆਗੇ ਨਾ ਆਵਜੇ ਸਦਾ ਨਹੀਂ ਪਹੁੰਚ ਸਿਆ ਸਦਾ ਨਹੀਂ ਹਕੂਮਤਾਂ ਰਹਿੰਦੀਆਂ ਸਦਾ ਨਹੀਂ ਇਹ ਬਾਦਸ਼ਾਹਾਂ ਰਹਿੰਦੀਆਂ ਇਹ ਚਲੀਆਂ ਜਾਂਦੀਆਂ ਨੇ ਹੰਕਾਰ ਨਾਲ ਕਰ ਬਥੇਰੇ ਬਥੇਰੇ ਇੱਥੇ ਹੰਕਾਰ ਵਾਲੇ ਮਰ ਗਏ ਆ ਕੇ ਬੋਲਣਾ ਸਿੱਖੋ ਪੰਜਾਬ ਦੇ ਲੋਕੋ ਬੋਲਣਾ ਸਿੱਖੋ ਸਾਨੂੰ ਇਹ ਆਵਾਜ਼ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੈ ਬਾਬਰ ਨੂੰ ਜਾਬਰ ਕਹਿ ਕੇ ਸਾਨੂੰ ਆਵਾਜ਼ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਹੈ ਅਸੀਂ ਉਹਦੇ ਪੁੱਤਾਂ ਉਹਨਾਂ ਦਾ ਖੂਨ ਹੈ ਉਹ ਕਰੇ ਦਬੇ ਨਹੀਂ ਜਿਵੇਂ ਅੱਜ ਤੁਸੀਂ ਦਬ ਗਏ ਗਲਤ ਹੋ ਰਿਹਾ ਤੁਹਾਡੇ ਨਾਲ ਮਾਰਾ ਵਾਪਰ ਰਿਹਾ ਆਪਾਂ ਆਪਣੇ ਹੱਕ ਦੀ ਗੱਲ ਕਰਦੇ ਆਂ ਆਪਾਂ ਕੋਈ ਇੱਥੇ ਇਹ ਨਹੀਂ ਵੀ ਇਹਦਾ ਸ਼ਾਂਤੀ ਫਲਾ ਰਹੇ ਆਂ ਆਪਾਂ ਉਹੀ ਚੁੱਪ ਕਰ ਗਏ ਯਾਰ ਕਮਾਲ ਦੀ ਗੱਲ ਸੋ ਆਜੋ ਬਾਈ ਮਿਲਦੇ ਆਂ ਬੂਲੇ ਅੱਧੇ ਘੰਟੇ ਚ ਆਪਾਂ ਉਥੇ ਇਕੱਠੇ ਹੁੰਨੇ ਆਂ ਆਓ ਸਾਰੇ ਇਕੱਠੇ ਹੋ ਕੇ ਹੋਰ ਥਾਵਾਂ ਦੇ ਵੀ ਇਕੱਠੇ ਹੋਗੇ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ